ਜਦੋਂ ਪੇਪਰ ਲੈਣ ਦੀ ਵਾਰੀ ਆਉਂਦੀ ਆ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਫਿਰ ਪੇਪਰਾਂ ਨੂੰ ਆਫਲਾਈਨ ਮੋਡ ਵਿੱਚ ਗੁਨਾੰਦੇ ਯੂਨੀਵਰਸਿਟੀ ਰੱਖ ਰਹੀ ਆ ਹੱਲੇ ਤੱਕ ਉਹਨਾਂ ਨੇ ਵਿਦਿਆਰਥੀਆਂ ਦੀ ਮੰਗ ਆਨਲਾਈਨ ਇਗਜ਼ਾਮ ਦੀ ਪੂਰੀ ਨਹੀਂ ਕੀਤੀ ਵਿਦਿਆਰਥੀ ਸਾਥੀਓ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਗੁਨਾੰਦੇ ਯੂਨੀਵਰਸਿਟੀ ਵੱਲੋਂ ਜਿੰਨੇ ਵੀ ਇਗਜ਼ਾਮ ਨੇ 14 ਤਰੀਕ ਤੋਂ ਬਾਅਦ ਸਾਰੇ ਪੋਸਟਪੋਨ ਕਰ ਦਿੱਤੇ ਹਨ ਹਾਲਾਂਕਿ ਇਸ ਪੋਸਟਪੋਨ ਦਾ ਰੀਜ਼ਨ ਜਿਹੜਾ ਹੈ ਟੀਚਰਸ ਦੀ ਸਟ੍ਰਾਈਕ ਹੈ ਸਟ੍ਰਾਈਕ ਅਜੇ ਤੱਕ ਚੱਲ ਰਹੀ ਹੈ ਔਰ ਸਟ੍ਰਾਈਕ ਜਨਾਦਰ ਚੱਲੇਗੀ ਉਹਨਾਂ ਦੇ ਤੱਕ ਐਗਜ਼ਾਮ ਪੋਸਟਪੋਨ ਕਰ ਦਿੱਤੇ ਗਏ ਹਨ ਇਹਦੇ ਵਿੱਚ ਵਿਦਿਆਰਥੀ ਸੰਗਠਨਾਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਫਲਾਈਨ ਐਗਜ਼ਾਮ ਲੈਣ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਜਿਹੜਾ ਸ਼ੁਰੂ ਕਰ ਦਿੱਤਾ ਹੈ ਸੋ ਸਟੂਡੈਂਟਸ ਸੰਘਰਸ਼ ਮੋਰਚਾ ਵੱਲੋਂ ਵੀ ਇੱਕ ਜਿਹੜਾ ਆਨਲਾਈਨ ਐਗਜ਼ਾਮ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਔਰ ਆਨਲਾਈਨ ਐਗਜ਼ਾਮ ਦੇ ਲਈ ਉਹਨਾਂ ਨੇ ਇੱਕ ਵੀਡੀਓ ਅਪਡੇਟ ਦਿੱਤੀ ਹੈ ਆ ਜੋ ਆਪਾਂ ਵੀਡੀਓ ਦੇਖਦੇ ਹਾਂ ਹਾਂਜੀ ਵਿਦਿਆਰਥੀ ਇਕਤਾ ਜ਼ਿੰਦਾਬਾਦ ਸਟੂਡੈਂਟਸ ਸੰਘਰਸ਼ ਮੋਰਚਾ ਜ਼ਿੰਦਾਬਾਦ ਸੋ ਸਾਰੇ ਹੀ ਵਿਦਿਆਰਥੀ ਸਾਥੀਆਂ ਨੂੰ ਸਾਥੀਓ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਬਾਕੀ ਸਾਰੀਆਂ ਹੀ ਯੂਨੀਵਰਸਿਟੀਆਂ ਨੇ ਇੱਕ ਵਾਰ ਫਿਰ ਤੋਂ ਐਗਜ਼ਾਮੀਨੇਸ਼ਨ ਮੋਡ ਨੂੰ ਆਨਲਾਈਨ ਮੋਡ ਦੇ ਵਿੱਚ ਕਰਨ ਦਾ ਫੈਸਲਾ ਲੈ ਲਿਆ ਹੈ ਔਰ ਸਾਡੇ ਗੁਨਨੰਦ ਦੇਵ ਯੂਨੀਵਰਸਿਟੀ ਨੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਟੀਚਰਸ ਸਾਡੇ ਜਿਹੜੇ ਆ ਹੜਤਾਲ ਤੇ ਬੈਠੇ ਹੋਏ ਆ ਗੁਨਨੰਦ ਦੇਵ ਯੂਨੀਵਰਸਿਟੀ ਦੇ ਨਾਲ ਰਿਲੇਟਡ ਚਾਹੇ ਕੋਈ ਹੋਰ ਵੀ ਯੂਨੀਵਰਸਿਟੀਆਂ ਆ ਸਾਰੇ ਕਾਲਜਾਂ ਦੇ ਪ੍ਰੋਫੈਸਰਸ ਜਿਹੜੇ ਹੜਤਾਲ ਤੇ ਆ ਔਰ ਜਿਹੜੀ ਇਸ ਵਾਰ ਜ਼ਿਆਦਾਤਰ ਪੜ੍ਹਾਈ ਆ ਉਹ ਵੀ ਆਨਲਾਈਨ ਮਾਧਿਅਮ ਦੇ ਰੂਪ ਦੇ ਵਿੱਚ ਹੋਈ ਆ ਪਰ ਜਦੋਂ ਪੇਪਰ ਲੈਣ ਦੀ ਵਾਰੀ ਆਉਂਦੀ ਆ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਫਿਰ ਪੇਪਰਾਂ ਨੂੰ ਆਫਲਾਈਨ ਮੋਡ ਵਿੱਚ ਗੁਣਾਂ ਦੇ ਯੂਨੀਵਰਸਿਟੀ ਰੱਖ ਰਹੀ ਆ ਹੱਲੇ ਤੱਕ ਉਹਨਾਂ ਨੇ ਵਿਦਿਆਰਥੀਆਂ ਦੀ ਮੰਗ ਆਨਲਾਈਨ ਇਗਜ਼ਾਮ ਦੀ ਪੂਰੀ ਨਹੀਂ ਕੀਤੀ ਔਰ ਇੰਨਾ ਹੀ ਨਹੀਂ ਬਲਕਿ ਜੇ ਦੇਖਿਆ ਜਾਵੇ ਕਿ ਵਿਦਿਆਰਥੀਆਂ ਨਾਲ ਧੱਕਾ ਕਰਨ ਦੇ ਮਾਮਲੇ ਦੇ ਵਿੱਚ ਵਿਦਿਆਰਥੀਆਂ ਦੇ ਵਿੱਚ ਯੂਨੀਵਰਸਿਟੀ ਜਿਹੜੀ ਗੁਣਾਂ ਦੇ ਯੂਨੀਵਰਸਿਟੀ ਆ ਔਰ ਨੰਬਰ 1 ਤੇ ਆ ਜੇਕਰ ਵਿਦਿਆਰਥੀਆਂ ਦੀਆਂ ਫੀਸਾਂ ਦੀ ਗੱਲ ਕਰੀਏ ਤਾਂ ਗੁਨਾਨਦੇਵ ਯੂਨੀਵਰਸਿਟੀਆਂ ਦਾ ਸਭ ਤੋਂ ਵੱਧ ਫੀਸਾਂ ਆ ਜੇਕਰ ਕੱਡੀਆਂ ਜਾਣਵੜੀਆਂ ਸਫਲੀਆਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡ ਸਫਲੀਆਂ ਇੱਥੇ ਗੱਡੀਆਂ ਜਾ ਰਹੀਆਂ ਆ ਔਰ ਸਭ ਤੋਂ ਵੱਧ ਧੱਕਾ ਵਿਦਿਆਰਥੀਆਂ ਨਾਲ ਇੱਥੇ ਹੋ ਰਿਹਾ ਆ ਰੀਪੇਡ ਦੀਆਂ ਫੀਸਾਂ ਸਭ ਤੋਂ ਵੱਧ ਆ ਬਾਕੀ ਯੂਨੀਵਰਸਿਟੀਆਂ ਦੇ ਮੁਕਾਬਲੇ ਬਾਕੀ ਯੂਨੀਵਰਸਿਟੀਆਂ ਦੇ ਮੁਕਾਬਲੇ ਯੂਨੀਵਰਸਿਟੀ ਜਿਹੜੀ ਆ ਰੀਐਵੈਲਿਊਏਸ਼ਨ ਤੇ 골ਡਨ ਚਾਂਸ ਦੀਆਂ ਫੀਸਾਂ ਵੀ ਵੱਡੇ ਪੱਧਰ ਤੇ ਵਸੂਲ ਰਹੀ ਆ ਔਰ ਇੰਨਾ ਹੀ ਨਹੀਂ ਜੇਕਰ ਆਪਾਂ ਕਮਾਈ ਦੇ ਆਧਾਰ ਤੇ ਦੇ ਤਕ ਗੁਨਾਨਨਦੇਵ ਯੂਨੀਵਰਸਿਟੀ ਦੇ ਵਿੱਚ ਪਯੂ ਪੀਟੀਯੂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਕਾਬਲੇ ਵਿਦਿਆਰਥੀ ਭਾਵੇਂ ਘਟਿਆ ਪਰ ਕਮਾਈ ਦੇ ਰੂਪ ਦੇ ਵਿੱਚ ਇਹ ਅੱਗੇ ਆ ਸਾਡੇ ਮੁੱਖ ਮੰਤਰੀ ਸਾਹਿਬ ਵੀ ਜਦੋਂ ਉੱਥੇ ਆਏ ਉਹਨਾਂ ਨੇ ਕਿਹਾ ਸੀਗਾ ਕਿ ਗੁਨਾਨਨਦੇਵ ਯੂਨੀਵਰਸਿਟੀ ਦੀਆਂ ਫੀਸਾਂ ਬਹੁਤ ਅਧਿਕਿਆ ਬਹੁਤ ਜ਼ਿਆਦਾ ਆ ਪਰ ਅੱਜ ਅਸੀਂ ਦੇਖਿਆ ਕਿ ਵਿਦਿਆਰਥੀਆਂ ਨਾਲ ਇਹ ਤੱਕਾ ਬਾਦਸਤੂਰ ਜਾਰੀ ਆ ਮੁੱਖ ਮੰਤਰੀ ਸਾਹਿਬ ਵੀ ਚੁੱਪਿਆ ਵਾਈਸ ਚਾਂਸਲਰ ਸਾਹਿਬ ਤਾਂ ਚਲੋ ਖੈਰ ਹੈ ਹੀ ਚੁੱਪ ਕਿਉਂਕਿ ਉਹ ਉਹਨਾਂ ਨੂੰ ਤਾਂ ਆਪਣੀ ਗਲਤੀ ਨਜ਼ਰ ਹੀ ਨਹੀਂ ਆਉਂਦੀ ਇਸ ਕਰਕੇ ਵਿਦਿਆਰਥੀ ਸਾਥੀਓ ਸਾਨੂੰ ਇੱਕ ਵਾਰ ਫਿਰ ਤੋਂ ਮੈਂ ਅਪੀਲ ਕਰਦਾ ਵੀ ਲਾਮਬੰਦ ਹੋਣ ਦੀ ਜਰੂਰਤ ਹੈ ਲਾਮਬੰਦ ਹੋਈਏ ਇਕਜੁੱਟ ਹੋਈਏ ਇਕੱਠੇ ਹੋਈਏ ਤਾਂ ਹੀ ਆਪਾਂ ਇਸ ਜਿਹੜਾ ਤੱਕ ਤੱਕ ਥੂਕੇ ਦਾ ਬਦਲਾ ੱੱਕੇ ਦਾ ਬਦਲਾ ਆਪਾਂ ਲੈ ਸਕਦੇ ਹਾਂ ਤਾਂ ਹੀ ਆਪਾਂ ਯੂਨੀਵਰਸਿਟੀ ਨੂੰ ਜਿਹੜਾ ਇੱਕ ਲੈਨ ਤੇ ਲਿਆ ਸਕਦੇ ਹਾਂ ਕਿਉਂਕਿ ਬੇਸ਼ੱਕ ਪੜਾਈ ਦੇ ਮਾਮਲੇ 'ਚ ਯੂਨੀਵਰਸਿਟੀ ਇੱਕ ਬੜੀ ਆਛੀ ਯੂਨੀਵਰਸਿਟੀ ਹੈ ਪਰ ਜੇਕਰ ਅਸੀਂ ਆਪਣਾ ਦੀ ਫੀਸਾਂ ਕੱਟ ਕਰਾਉਣੀਆਂ ਵਿਦਿਆਰਥੀਆਂ ਦਾ ਧੱਕਾ ਰੋਪਣਾ ਤਾਂ ਫਿਰ ਵਿਦਿਆਰਥੀਆਂ ਨੂੰ ਹੀ ਇੱਕ 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 ਜੁਟ ਹੋਣਾ ਪਊਗਾ ਲਾਂਬੰਦ ਹੋਣਾ ਪਊਗਾ ਔਰ ਸਟੂਡੈਂਟ ਸੰਘਰਸ਼ ਮੋਰਚਾ ਆਪ ਜੀ ਦੀ ਆਵਾਜ਼ ਬਣ ਕੇ بلند ਕਰਦਾ ਹਾਂ ਹਮੇਸ਼ਾ ਆਪ ਜੀ ਦੇ ਸੇਵਾ ਉਸ ਵਿੱਚ ਹਾਜ਼ਰਿਆ ਆਓ ਇੱਕ ਜੁਟ ਹੋਈਏ ਤੇ ਇੱਕ ਵਾਜ ਬੁਲੰਦ ਕਰੀਏ ਇਸ ਵਾਰ ਦੇਵਾਂਗੇ ਤੇ ਆਨਲਾਈਨ ਇਗਜ਼ਾਮ ਦੇਵਾਂਗੇ ਨਹੀਂ ਤਾਂ ਵੀ ਯੂਨੀਵਰਸਿਟੀ ਦਾ ਵਿਰੋਧ ਜਿਹੜਾ ਆ ਉਹ ਕੀਤਾ ਜਾਵੇਗਾ ਕੀਤਾ ਵੀ ਜਾ ਰਿਹਾ ਹੈ ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇੱਕ ਜੁਟ ਹੋਣ ਦੀ ਅਪੀਲ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਵਿਦਿਆਰਥੀ ਇਕਤਾ ਜਿੰਦਾਬਾਦ ਵੱਤੋ ਵੱਤ ਵਿਦਿਆਰਥੀ ਸੰਘਰਸ਼ ਦੇ ਵਿੱਚ ਭਾਗ ਲੋ ਤਾਂ ਜੋ ਵਿਦਿਆਰਥੀਆਂ ਦੇ ਐਗਜ਼ਾਮ ਆਨਲਾਈਨ ਕੰਡਕਟ ਕਰਾਉਣ ਦੇ ਲਈ ਯੂਨੀਵਰਸਿਟੀ ਨੂੰ ਅਤੇ ਅਧਿਕਾਰੀਆਂ ਨੂੰ ਮਨਾਇਆ ਜਾ ਸਕੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚੈਨਲ ਦੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਤੋ ਵੱਤ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਣਾ